ਬਠਿੰਡਾ ਦਾ ਟੀਵੀ ਹਸਪਤਾਲ ਬਣਿਆ, ਭੂਤ ਬੰਗਲਾ ਬਣ ਗਿਆ, ਨਸ਼ੈੜੀਆਂ ਦਾ ਅੱਡਾ, 2 ਵਜੇ ਤੋਂ ਬਾਅਦ ਨਹੀਂ ਮਿਲਦਾ ਇੱਥੇ ਕੋਈ ਸਟਾਫ, ਮਰੀਜ਼ ਪਰੇਸ਼ਾਨ। ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਸਿਹਤ ਸਹੂਲਤਾਂ ਵਧੀਆ ਦਿੱਤੀਆਂ ਜਾਣਗੀਆਂ, ਲੇਕਿਨ ਬਠਿੰਡਾ ਦੇ ਟੀਵੀ ਹਸਪਤਾਲ ਦੇ ਅੰਦਰ ਸਿਹਤ ਸਹੂਲਤਾਂ ਤੁਸੀਂ ਖੁਦ ਹੀ ਦੇ ਸਕਦੇ ਹੋ। ਇੱਥੇ ਕੂੜੇ ਕੜਕੜ ਦੇ ਅੰਦਰ ਢੇਰ ਲੱਗੇ ਹੋਏ ਹਨ, ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਹੈ, ਸਫਾਈ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ, ਅਤੇ ਨਾ ਹੀ ਇੱਥੇ 2 ਵਜੇ ਤੋਂ ਬਾਅਦ ਕੋਈ ਇੱਥੇ ਸਟਾਫ ਨਰਸ ਜਾਂ ਕੋਈ ਸਟਾਫ ਦਾ ਵਿਅਕਤੀ ਬਹਿੰਦਾ ਹੈ। ਇੱਥੇ ਮਰੀਜ਼ਾਂ ਨੂੰ ਜੋ ਡ੍ਰਿੱਪਾਂ ਲਾ ਕੇ ਚਲੇ ਜਾਂਦੇ ਉਹ ਖੁਦ ਹੀ ਪੱਟਣੀਆਂ ਪੈਂਦੀਆਂ ਹਨ, ਖੁਦ ਹੀ ਉਹਨਾਂ ਵੱਲੋਂ ਇਹਨਾਂ ਡ੍ਰਿੱਪਾਂ ਦਾ ਧਿਆਨ ਰੱਖਣਾ ਪੈਂਦਾ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਸਟਾਫ ਦਾ ਬੰਦਾ ਨਹੀਂ ਮਿਲਦਾ, ਅੰਦਰ ਕੂੜੇ ਕਰਕਟ ਦੇ ਢੇਰ ਵੀ ਦੇਖ ਰਹੇ ਹੋ ਲੱਗੇ ਹੋਏ ਨੇ, ਕਿਸੇ ਵੀ ਤਰ੍ਹਾਂ ਦੀ ਕੋਈ ਸਫਾਈ ਨਹੀਂ ਹੈ। ਜਿੱਥੇ ਸਿਹਤ ਸਹੂਲਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਅੰਦਰ ਤੁਸੀਂ ਦੇਖ ਰਹੇ ਹੋ ਕਿ ਗੰਦਗੀ ਦੇ ਢੇਰ ਲੱਗੇ ਹੋਏ ਨੇ, ਇਸ ਅੰਦਰ ਭੂਤ ਬੰਗਲਾ ਬਣਿਆ ਹੋਇਆ ਦਿਖਾਈ ਦੇ ਰਿਹਾ, ਕਿਤੇ ਨਾ ਕਿਤੇ ਹਨੇਰਾ ਅੰਦਰ ਛਾਇਆ ਹੋਇਆ, ਨਾ ਹੀ ਤਾਂ ਕੋਈ ਇੱਥੇ ਲਾਈਟਾਂ ਦਾ ਬੜਾ ਪ੍ਰਬੰਧ ਹੈ, ਅਤੇ ਉੱਧਰੋਂ ਰਾਤ ਨੂੰ ਨਸ਼ੇੜੀ ਆਉਂਦੇ ਨੇ ਅਤੇ ਦਾਰੂ ਪੀ ਕੇ ਬੋਤਲਾਂ ਵੀ ਅੰਦਰ ਸੁੱਟ ਜਾਂਦੇ। ਤੁਸੀਂ ਦੇਖ ਲਓ ਤਸਵੀਰਾਂ ਕਿ ਇੱਥੇ ਨਸ਼ੇੜੀਆਂ ਦਾ ਅੱਡਾ ਵੀ ਇਹ ਬਣ ਚੁੱਕਿਆ, ਭੂਤ ਬੰਗਲੇ ਦੇ ਨਾਲ ਨਾਲ ਨਸ਼ੇੜੀਆਂ ਦਾ ਅੱਡਾ ਵੀ ਬਣ ਚੁੱਕਿਆ, ਅਤੇ ਉਹਦੇ ਮਰੀਜ਼ਾਂ ਦਾ ਕਹਿਣਾ ਕਿ ਇੱਥੇ ਸਫਾਈ ਦਾ ਕੋਈ ਪ੍ਰਬੰਧ ਨਹੀਂ। ਤੁਸੀਂ ਦੇਖ ਰਹੇ ਹੋ ਬਾਥਰੂਮਾਂ ਦੀਆਂ ਇਹ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਤਸਵੀਰਾਂ, ਜਿੱਥੇ ਸਫਾਈ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਇਹਨਾਂ ਮਰੀਜ਼ਾਂ ਵੱਲੋਂ ਖੁਦ ਮਾੜੀ ਮੋਟੀ ਸਫਾਈ ਕੀਤੀ ਜਾਂਦੀ ਹੈ, ਲੇਕਿਨ ਇੱਥੇ ਕੋਈ ਵੀ ਸਫਾਈ ਦਾ ਪ੍ਰਬੰਧ ਨਹੀਂ। 2 ਵਜੇ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਇਹ ਇੱਕ ਸਟਾਫ ਰੂਮ ਹੈ ਜਿੱਥੇ ਕੋਈ ਵੀ ਵਿਅਕਤੀ ਨਹੀਂ ਬੈਠਾ ਹੋਇਆ ਦਿਖਾਈ ਦੇ ਰਿਹਾ। ਇਹ 2 ਵਜੇ ਤੋਂ ਬਾਅਦ ਆਪਣੇ ਘਰਾਂ ਨੂੰ ਚਲੇ ਜਾਂਦੀਆਂ ਹਨ। ਉਸ ਤੋਂ ਬਾਅਦ ਮਰੀਜ਼ਾਂ ਦੇ ਜੋ ਡ੍ਰਿੱਪਾਂ ਲੱਗੀਆਂ ਹਨ ਉਹ ਖੁਦ ਹੀ ਮਰੀਜ਼ ਪੜਦੇ ਆ। ਤੁਸੀਂ ਦੇਖ ਲਓ ਇੱਥੇ ਤਾਲਾ ਲੱਗਿਆ ਹੋਇਆ ਦਿਖਾਈ ਦੇ ਰਿਹਾ, ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸਟਾਫ ਦਾ ਬੰਦਾ ਨਜ਼ਰ ਨਹੀਂ ਆ ਰਿਹਾ, ਸਿਰਫ ਖਾਲੀ ਕੁਰਸੀਆਂ ਹੀ ਦਿਖਾਈ ਦੇ ਰਹੀਆਂ ਨੇ। ਇੱਥੇ ਮਰੀਜ਼ ਵੀ ਬਹੁਤ ਜ਼ਿਆਦਾ ਇਸ ਨੂੰ ਲੈ ਕੇ ਪਰੇਸ਼ਾਨ ਹਨ, ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਟੀਵੀ ਹਸਪਤਾਲ ਦੀਆਂ, ਜਿਸ ਨੂੰ ਭੂਤ ਬੰਗਲਾ ਨਾ ਕਹੀਏ ਤਾਂ ਹੋਰ ਕੀ ਕਹੀਏ। ਇੱਥੇ ਕੋਈ ਸਫਾਈ ਦੇ ਪ੍ਰਬੰਧ ਨਹੀਂ, ਸ਼ਰਾਬ ਦੀਆਂ ਬੋਤਲਾਂ ਤਾਂ ਖਾਲੀ ਜ਼ਰੂਰ ਮਿਲ ਜਾਣੀਆਂ। ਇੱਥੇ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਦਿਖਾਈ ਦੇ ਰਿਹਾ। ਇਹ ਪੀਣ ਵਾਲੇ ਪਾਣੀ ਦੀ ਟੈਂਕੀ ਹੈ ਜਿਸਨੂੰ ਵਾਟਰ ਕੂਲਰ ਦੇ ਅੰਦਰ ਗੰਦਗੀ ਦੇ ਢੇਰ ਕਾਫੀ ਦਿਖਾਈ ਦੇ ਰਹੇ ਹਨ, ਕਿਸੇ ਵੀ ਤਰ੍ਹਾਂ ਦੇ ਕੋਈ ਸਫਾਈ ਦੇ ਪ੍ਰਬੰਧ ਨਹੀਂ ਹਨ। ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਦੇ ਟੀਵੀ ਹਸਪਤਾਲ ਦੀਆਂ ਤਸਵੀਰਾਂ, ਜਿੱਥੇ ਖਾਲੀ ਬੋਤਲਾਂ ਜ਼ਰੂਰ ਸ਼ਰਾਬ ਦੀਆਂ ਮਿਲ ਜਾਣੀਆਂ, ਜਾਲੇ ਲੱਗੇ ਹੋਏ ਨੇ, ਕਿਸੇ ਵੀ ਤਰ੍ਹਾਂ ਦਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ। ਜੇ ਆਪਾਂ ਗੱਲ ਕਰੀਏ ਬਾਹਰਲੀ ਗੈਲਰੀ ਤਾਂ ਉੱਥੇ ਵੀ ਅੱਗ ਹੋ ਗਏ ਨੇ, ਕਿਸੇ ਪਾਸੋਂ ਵੀ ਨਹੀਂ ਲੱਗ ਰਿਹਾ ਕਿ ਇਹ ਟੀਵੀ ਹਸਪਤਾਲ, ਤੱਕ ਜੰਗਲ ਲੱਗ ਰਿਹਾ ਦਿਖਾਈ ਦੇ ਰਿਹਾ। ਮੈਂ ਜੀ ਆਪਣਾ ਰੋਹਿਤ ਨਾਂ ਜੀ ਮੇਰਾ, ਇੱਥੇ ਬਠਿੰਡਾ ਲੋਕਲ ਹੀ ਹਾਂ ਜੀ। ਅਤੇ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ ਖੂਨ ਦੀ, ਇਸੇ ਕਰਕੇ ਮੈਂ ਇੱਥੇ ਦਾਖਲ ਹੋਇਆ ਸੀ। ਸਟਾਫ ਜੀ ਸਵੇਰ 8 ਵਜੇ ਤੋਂ ਪਹਿਲਾਂ, ਮਤਲਬ 8 ਵਜੇ ਤੋਂ 8 ਵਜੇ ਤੋਂ ਬਾਅਦ ਸਟਾਫ ਚੇਂਜ ਹੋ ਜਾਂਦਾ, ਉਹ ਰਹਿੰਦਾ 2 ਵਜੇ ਤੱਕ, 2 ਵਜੇ ਤੋਂ ਬਾਅਦ ਕੋਈ ਨਹੀਂ ਆਉਂਦਾ ਜੀ। ਸਮੱਸਿਆ ਆਉਂਦੀ ਹੈ, ਕਿਉਂ ਨਹੀਂ ਆਉਂਦੀ? ਸਮੱਸਿਆ ਬਹੁਤ ਆਉਂਦੀ ਹੈ ਇੱਥੇ। ਸਮੱਸਿਆ ਇਸ ਕਰਕੇ ਆਉਂਦੀ ਹੈ ਕਿ ਵੀ ਮੰਨ ਲਓ ਕੱਲ੍ਹ ਨੂੰ ਕੁੜੀ ਦੇ ਦਖਲ ਆਪਣਾ ਉਹਦੇ ਢਿੱਡ 'ਚ ਦਰਜੀ, ਰਾਤ ਨੂੰ ਰਾਤੀ ਬੁਲਾਣ ਗਏ ਆ, ਉਸ ਤੋਂ ਪਹਿਲਾਂ ਕੁਛ ਹੋ ਜਾਵੇ ਉਹਨਾਂ ਨੂੰ ਤਾਂ ਕੌਣ ਜ਼ਿੰਮੇਵਾਰ ਉਹਦਾ? ਸਟਾਫ ਜਾਂ ਮੰਨ ਲਓ ਸਰਕਾਰ ਜਾਂ ਮੰਨ ਲਓ ਕਿ ਹੋਸਪਿਟਲ ਦੇ। ਔਰ ਉਸ ਤੋਂ ਬਾਅਦ ਇੱਥੇ ਕੋਈ ਸਾਫ਼ ਸਫਾਈ ਨਹੀਂ ਗੀ, ਇੱਧਰ ਹੀ ਵੇਖ ਸਕਦੇ ਤੁਸੀਂ ਅਤੇ ਪਰਲੇ ਪਾਸੇ ਵੀ ਵੇਖ ਸਕਦੇ ਤੁਸੀਂ। ਇੱਥੇ ਲੈਟਰਿੰਗ ਬਾਥਰੂਮ ਵਾਸਤੇ ਇੰਨੀ ਜ਼ਿਆਦਾ ਪ੍ਰੋਬਲਮ ਹੈ, ਅੱਗ ਤੋਂ ਜ਼ਿਆਦਾ। ਔਰ ਸਭ ਤੋਂ ਮੇਨ ਗੱਲ ਇੱਥੇ ਤਾਂ ਮੰਨ ਲਓ ਕਿ 8 ਵਜੇ ਤੋਂ ਬਾਅਦ ਡ੍ਰਿੱਪ ਲਾ ਕੇ ਨਾ 7:30-8 ਵਜੇ ਡ੍ਰਿੱਪ ਲਾ ਜਾਂਦੇ ਨੇ, ਉਸ ਤੋਂ ਬਾਅਦ ਕੋਈ ਆਉਂਦਾ ਹੀ ਨਹੀਂ ਇੱਥੇ। ਉਸ ਤੋਂ ਬਾਅਦ ਮੰਨ ਲਓ ਕਿ ਵੀ ਅਸੀਂ ਆਪ ਪੇਸ਼ੈਂਟ ਖੁਦ ਆਪਦੀ ਡ੍ਰਿੱਪਾਂ ਆਪ ਲਾਉਂਦੇ ਹਾਂ, ਕੋਈ ਨਹੀਂ ਆਉਂਦਾ। ਹਾਂਜੀ ਨਹੀਂ, ਡਿਊਟੀ ਹੁੰਦੀ ਆ ਐਮਰਜੈਂਸੀ, ਕਹਿੰਦੇ ਕਿ ਵੀ ਇੱਥੇ ਅਸੀਂ ਪਲਾਨ ਜਾਵਾਂਗੇ ਫਿਰ ਉਹ ਆਉਣਗੇ, ਨਹੀਂ ਤਾਂ ਕੋਈ ਨਹੀਂ ਆਏਗਾ। ਐਮਰਜੈਂਸੀ ਤੋਂ ਆਉਂਦੇ ਨੇ, ਨਹੀਂ ਕਿੰਨੀ ਦੂਰ ਪੈਂਦੇ ਐਮਰਜੈਂਸੀ? ਮੰਨ ਲਓ ਘੜੋ ਘੜ ਜ਼ਿਆਦਾ ਨਹੀਂ ਤਾਂ ਬਹੁਤ ਦੂਰ ਹੀ ਪੈ ਜਾਂਦਾ। ਮੰਨ ਲਓ ਇਕੱਲਾ ਬੰਦਾ ਵੀ ਜਾਂਦਾ ਤਾਂ ਉਹ ਵੀ ਰਾਤ ਦੇ ਵੇਲੇ, ਜਨਾਨੀ ਜਾ ਨਹੀਂ ਸਕਦੀ ਕਿਉਂਕਿ ਇੱਧਰੋਂ ਸਾਰੇ ਆਪਣਾ ਬੰਦ ਹੁੰਦੇ ਦਰਵਾਜ਼ੇ, ਸਿਰਫ ਇੱਕੋ ਹੀ ਰਾਹ ਬਸ ਪਿੱਛੋਂ ਹੀ ਜਾਂਦਾ। ਕੋਈ ਸਿਕਿਉਰਿਟੀ ਦਾ ਕੋਈ ਨਹੀਂ, ਚੋਰੀ ਚੋਰੀ ਦਾ ਹਜੇ ਤੱਕ ਤਾਂ ਹੋਈ ਨਹੀਂ, ਬਾਕੀ ਕੋਈ ਕਹਿ ਵੀ ਨਹੀਂ ਸਕਦੇ ਵੀ ਹੋ ਵੀ ਸਕਦੀ ਹੈ ਕਿਉਂਕਿ ਰਾਤੀ ਨਸ਼ੇੜੀ ਘੁੰਮਦੇ ਨੇ ਇੱਥੇ ਰਾਤ ਨੂੰ, 2-3 ਨਸ਼ੇੜੀ ਪਰਸੋਂ ਵੀ ਘੁੰਮੇ ਸੀਗੇ, ਉਦੋਂ ਉਹਦਾ ਮਰੀਜ਼ ਜ਼ਿਆਦਾ ਸੀਗੇ ਤਾਂ ਕਰਕੇ ਸਮਾਨ ਸਮੂਹ ਨਹੀਂ ਚੱਕਿਆ ਸਾਡਾ। ਔਰ ਸਭ ਤੋਂ ਮੇਨ ਗੱਲ ਕਿ ਉੱਧਰੋਂ ਆਉਂਦੇ 2 ਜਣੇ ਨੇ, ਘੱਟੋ ਘੱਟ ਸਟਾਫ ਰੂਮ ਬਣਿਆ, ਤੁਸੀਂ ਸਟਾਫ ਦੇ ਵਿੱਚ 2 ਬੰਦੇ ਰਹਿ ਸਕਦੇ, ਕੋਈ ਨਹੀਂ ਰਹਿੰਦਾ ਇੱਥੇ। ਔਰ ਆਪਣਾ ਇੱਕ ਮੈਡਮ ਹੈਗੇ ਨੇ, ਸਿਰਫ ਇੱਕ ਵਿਚਾਰੇ ਉਹ ਹੀ ਵੇਖਿਆ ਸੀ ਜਿਹੜੇ ਮਤਲਬ ਕਿ ਰਾਤ ਰਾਤ ਨੂੰ 2-3 ਵਜੇ ਤੀਕਰ ਉਹ ਰਹਿੰਦੇ ਨੇ, ਉਹ ਵੀ ਸਿਰਫ ਗੇੜੇ ਮਾਰਦੇ ਰਹਿੰਦੇ ਸਾਡੇ ਕੋਲ ਵਿਚਾਰੇ। ਮੈਡਮ ਦਾ ਨਾਂ ਨਵਨੀਤ ਕਰਕੇ ਮੈਡਮ ਕੁਛ ਹੈ, ਜਿਹੜੇ ਅੱਜ ਦੇ ਦੀ ਡਿਊਟੀ ਸੀ ਅੱਜ ਉਹਨਾਂ ਦੀ, ਉਹ ਵੀ ਵਿਚਾਰੇ ਹੁਣ ਗਏ ਨੇ। ਬਠਿੰਡੇ ਤੋਂ ਕੀ ਮਾਮਲਾ ਤੁਸੀਂ ਇੱਥੇ ਆਏ ਹੋ? ਮੇਰਾ ਮੁੰਡਾ ਦਾਖਲ ਹੈ। ਅੱਛਾ, ਇੱਥੇ ਸਟਾਫ ਹੁੰਦਾ ਕਿ ਨਹੀਂ ਹੁੰਦਾ, ਪ੍ਰਬੰਧ ਕਿਸ ਤਰ੍ਹਾਂ ਦੀ ਹੈ? ਪ੍ਰਬੰਧ ਬਸ ਠੀਕ ਠਾਕ ਹੀ ਹੈਗੇ ਹੈ,
कोई छेती सुनता गिनता नहीं गा इतने कोई केयर है नहीं इन्नी बाकी ये दस दिन के आ जाओ फिर दस स्टाफ होंदा कि स्टाफ होंदा भी है नहीं भी होंदा बस जब कोई एक अद्धा गेड़ा मार गया नहीं कोई नहीं पुछता इतने ड्रिपर नंबर तुझे आप लाने के स्टाफ लाके मेरा मुंडा तो आपे ही लांदा है कल तो इन्हें सारे मरीजा की लाई है मेरे मुंडे ने आप इतने कोई नहीं छेती आता क्या नाम आपका मेरा नाम संजय कुमार है जी यहाँ पर टी वी अस्पताल में आई लड़की के पेट की टी वी है जी अच्छा तो ये आज पाँच दिन हो गए यहाँ पर लेटरिन बाथरूम में पानी है नहीं बहुत गंदगी है जी ठीक है ना कोई सफाई वाला उनको बोले हमने दो तीन बार बोला भी जाले लगे हुए हटा दो सफाई कर दो खुद उन्होंने कल मैडम ने बोला डॉक्टर ने तो उसने जाले साफ किए आप देख सकते जी बुरा हाल हुआ अपना लेटरिन बाथरूम का जी स्टाफ आता ही नहीं जी वो सफाई वाली आती है झाड़ू मार के चली जाती है उसको कहते सफाई कर दे वो कहते मेरा काम नहीं है जी काम आप करते हैं सफाई देख लो चदरे चुदरे साफ करते हैं कूलर देखो ये बच्चे को बर्दाश्त नहीं होती गर्मी कूलर में पानी आप डाले उसमें देखो इतनी गंदगी थी आप कूलर को साफ किया जी रात के समय स्टाफ होता है रात को स्टाफ ही बोला हम एमरजेंसी में बैठे किसी को कोई तकलीफ हो लड़की के एकदम से सिर दर्द हो गई पेट में दर्द हो गया मैं वहाँ पर जाके बोल के आया स्टाफ को वो कह रहे टी वी के बाड़ के अंदर हमारी ड्यूटी आ रहे हैं फिर रात वाली ड्यूटी वाले थे वो कहते पाँच मिनट में आके ये साथ में थे मेरे भाई ये कह रहे जाओ के तुम बुला के लेके आओ पाँच मिनट का क्या रात की ड्यूटी थी वो आधा घंटा बाद आई टीका लेके टीका लगा के चला गया कह के कहता जी किसी को ज़रूरत हो तो आ जाना कोई भी नहीं आया जी रात को और प्रबंध कैसे हैं यहाँ पर पूछो नहीं प्रबंध क्या किसी प्रकार का भी नहीं लाइट चली जाती तो आती नहीं जल्दी सी पानी का तो बहुत बुरा हाल है उधर बर्तन धोने जाते वहाँ पर गंदगी पूरी है साफ ही इधर लेटरिन बाथरूम से पूरी गंदगी पतवा मारती है कोई सफाई वाला नहीं आता कोई झाड़ू पोछे से ही ढंग से नहीं लगाता जी हम तो ये बीमार के साथ आए हुए पड़े हमें आपका खतरा हुआ पड़ा जी हम आप बीमार ना हो जाइए। डॉक्टर अनुपमा शर्मा सहायक सिविल सर्जन बठिंडा टी वी हॉस्पिटल से सफाई असं करवा रहे हैं मीटर में मैं बुलाया तो वह सफाई सेवक जोड़े से छुट्टी तो होने करके उन्होंने सफाई नहीं की हैगी तो हूँ करवा रहे हैं जिस तरह दो महीने बाद उत्थे भी स्टाफ मिसेज या हो कोई हुंदा नहीं गा मरीजा वालों खुद आ भी आप ही ड्रिप लाई जाती है तो आप ही लाई जाती है स्टाफ नर्स की ड्यूटी तो होंगी है उत्थे स्टाफ नर्स ड्यूटी होंगी है कल ढाई बजे उत्थे कोई भी नहीं ताले लगे हुए थे स्टाफ नर्स स्टाफ नर्स कल नहीं सी उत्थे हां जी हां जी कल शाम अच्छा मैं देख लेनी हूं मैं पूछ लेनी क्यों क्यों नहीं सी कल उत्थे वैसे ड्यूटी तो लगी हुई है मॉर्निंग इवनिंग स्टाफ होंगी उठ तो दो तो दो तो अठ नाइट भी होंगी अच्छा कोई गल नहीं मैं देख लैनी कमरा खाली पिया लॉक लवा देना खाली कमरा देख नशेड़ी उ आ जाने